ਸ੍ਰੀਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਇਸ ਨਵੇਂ ਵਲੌਗ ਦੇ ਵਿੱਚ। ਤੇ ਅੱਜ ਮਨਪ੍ਰੀਤ ਹੁਣੀ ਜਾ ਰਹੇ ਨੇ ਪਟਿਆਲੇ, ਮਨਪ੍ਰੀਤ ਡੈਡੀ ਤੇ ਨੰਨੂ, ਕਿਉਂਕਿ ਮੰਮੀ ਹੈਗੇ ਨੇ ਪਹਿਲਾਂ ਹੀ ਪਟਿਆਲੇ ਯਾਨੀ ਕਿ ਆਪਣੇ ਪੇਕਿਆਂ ਦੇ, ਤੇ ਇਹ ਉਹਨਾਂ ਨੂੰ ਲੈਣ ਜਾ ਰਹੇ ਨੇ ਤਿੰਨੋਂ ਜਣੇ, ਠੀਕ ਹੈ ਜੀ। ਤੇ ਅੱਜ ਇਹ ਵਲੌਗ ਦੀ ਕਮਾਂਡ ਫਿਰ ਮਨਪ੍ਰੀਤ ਦੇ ਹੱਥ 'ਚ। ਹੈਲੋ ਗਾਇਸ, ਬੋਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਬੋਲ ਦੋ ਸਤਿ ਸ਼੍ਰੀ ਅਕਾਲ। ਨੰਨੂ ਸੌ ਕੇ ਉੱਠੀ ਹੈ ਤਾਂ ਕਰਕੇ ਇਸ ਤਰ੍ਹਾਂ ਕਰ ਰਹੀ ਹੈ। ਅਤੇ ਸਵਾਗਤ ਹੈ ਪਹਿਲਾਂ ਤੁਹਾਡਾ ਨਵੇਂ ਵਲੌਗ ਦੇ ਵਿੱਚ। ਅਤੇ ਅੱਜ ਅਸੀਂ ਜਾ ਰਹੇ ਸੀ ਮੰਮੀ ਨੂੰ ਲੈਣ, ਮੰਮੀ ਗਏ ਸੀ ਆਪਣੇ, ਅਸੀਂ ਤਾਂ ਕਰਕੇ ਉਹਨਾਂ ਨੂੰ ਲੈਣ ਜਾ ਰਹੇ ਹਾਂ। ਉਹ ਗਏ ਸੀ ਛੁੱਟੀਆਂ ਕੱਟਣ, ਅਤੇ ਹੁਣ ਸਾਡੇ ਨਾਲ ਨੇ ਭੂਆ ਜੀ ਅਤੇ ਫੁੱਫੜ ਜੀ, ਇਹਨਾਂ ਨੂੰ ਕੰਮ ਹੈ ਤਾਂ ਕਰਕੇ ਨਾਲ ਜਾ ਰਹੇ ਨੇ ਸਾਡੇ। ਅਤੇ ਫਿਲਹਾਲ ਅਸੀਂ ਹੈਗੇ ਹਾਂ ਰਸਤੇ 'ਚ। ਮੈਨੂੰ ਕਿਹਦੇ ਕੋਲ ਜਾਣਾ ਤੂੰ? ਤੂੰ ਨਿਮਰਤ ਕੋਲ ਨਹੀਂ ਜਾਣਾ? ਫਿਰ ਦੱਸ ਦੇ ਕਿਹਦੇ ਕੋਲ ਚੱਲਾਂ ਤੂੰ? ਨਿਮਰਤ ਕੋਲ, ਹੈ ਨਾ? ਹਾਂ, ਨਿਮਰਤ ਦੀਦੀ ਕੋਲ ਜਾ ਰਿਹਾ ਨਾਨੂੰ ਖੇਡਣ ਲਈ, ਹੈ ਨਾ? ਵੈਲਕਮ ਬੈਕ ਗਾਇਸ। ਤੇ ਅਸੀਂ ਪਹੁੰਚ ਗਏ ਸੀਗੇ ਮੰਮੀ ਦੇ ਪੇਕੇ। ਹਨੇਰਾ ਜ਼ਿਆਦਾ ਹੋ ਗਿਆ ਸੀ ਤਾਂ ਕਰਕੇ ਮੈਂ ਵਲੌਗ ਬਣਾਉਣਾ ਜ਼ਰੂਰੀ ਨਹੀਂ ਸਮਝਿਆ, ਕਿਉਂਕਿ ਸਹੀ ਨਹੀਂ ਸੀ ਆਉਣਾ ਉਹਦੇ ਵਿੱਚ। ਅਤੇ ਹੁਣ ਅਸੀਂ ਖਾਣਾ ਵੀ ਖਾ ਲਿਆ, ਫਰੈਸ਼ ਵਗੈਰਾ ਹੋ ਗਏ, ਅਤੇ ਉਸ ਤੋਂ ਬਾਅਦ ਵਿੱਚ ਹੁਣ ਥੋੜ੍ਹੀ ਜਿਹੀ ਮਸਤੀ ਚੱਲ ਰਹੀ ਹੈ ਬਾਹਰ ਬੱਚਿਆਂ ਦੀ। ਅਤੇ ਸਾਰੇ ਬੈਠੇ ਆ, ਉਹ ਅਸੀਂ ਤੁਹਾਨੂੰ ਪਹਿਲਾਂ ਵੀ ਦਿਖਾ ਚੁੱਕੇ ਹਾਂ ਵਲੌਗ ਦੇ ਵਿੱਚ, ਤਾਂ ਕਰਕੇ ਇਸ ਵਾਰ ਮੈਂ ਜ਼ਿਆਦਾ ਨਹੀਂ ਦਿਖਾਇਆ। ਅਤੇ ਫਿਲਹਾਲ ਬੱਚਿਆਂ ਦੀ ਮਸਤੀ ਹੈ, ਨਿਮਰਤ ਔਰ ਪਰੀ ਖੇਡਦੇ ਪਏ ਨੇ ਬਾਹਰ ਔਰ ਬਾਕੀ ਗੱਲਾਂ ਕਰ ਰਹੇ ਨੇ। ਮੈਂ ਇੱਧਰ ਪੜ੍ਹ ਰਹੀ ਸੀ, ਫਿਰ ਮੈਂ ਸੋਚਿਆ ਕਿ ਗਾਲਾਂ ਖਾਣ ਨਾਲੋਂ ਚੰਗਾ ਕਿ ਮੈਂ ਥੋੜ੍ਹਾ ਜਿਹਾ ਬਣਾ ਹੀ ਲਵਾਂ ਵਲੌਗ। ਫਿਰ ਹੁਣ ਤੁਹਾਨੂੰ ਬਾਕੀ ਦੀ ਅਪਡੇਟ ਦੇਵਾਂਗੇ ਸਵੇਰੇ, ਸੋ ਮਿਲਦੇ ਹਾਂ, ਗੁੱਡ ਨਾਈਟ। The next day. Hanji, welcome back guys. Te hogi saver. Hello. Hello guys. Aaj hum dollar pua de ghar chale ha. Bas. Ashi ji, main police wale dadu de ghar ja raha ha. Aur bas. ਤੇ ਵੈਲਕਮ ਬੈਕ ਗਾਇਜ਼। ਅਤੇ ਹੁਣ ਹੋ ਗਈ ਆ ਸਵੇਰ, ਅਤੇ ਅਸੀਂ ਬ੍ਰੇਕਫਾਸਟ ਵੀ ਕਰ ਲਿਆ, ਰੈਡੀ ਵੀ ਹੋ ਗਏ ਅਤੇ ਹੁਣ ਅਸੀਂ ਅਗਲਾ ਪ੍ਰੋਗਰਾਮ। ਮੰਮੀ ਕੀ ਅਗਲਾ ਪ੍ਰੋਗਰਾਮ? ਕਿੱਥੇ ਚੱਲੇ? ਕਿੱਥੇ ਵੀ ਨਹੀਂ। ਤੇ ਪਹਿਲਾਂ ਆਪਾਂ ਜਾਵਾਂਗੇ ਵੱਡੇ ਮਾਮਾ ਜੀ ਦੇ ਘਰੇ, ਤੇ ਫਿਰ ਉਸ ਤੋਂ ਬਾਅਦ ਜਾਵਾਂਗੇ ਭੂਆ ਜੀ ਦੇ, ਉਹਨਾਂ ਨੂੰ ਮਿਲਣ ਦੇ ਲਈ, ਤੇ ਫਿਰ ਆਪਾਂ ਤੁਹਾਨੂੰ ਮਿਲਦੇ ਹੈਂ। ਹੈਲੋ ਗਾਇਜ਼, ਅੱਜ ਹਮ ਤਿਆਰ। ਮਾਮੀ ਜੀ ਲੇਟੇ ਨੇ, ਛੋਟੇ ਮਾਮੀ ਜੀ ਨੇ, ਇਹ ਮਾਸੀ ਜੀ ਦੀ ਲੜਕੀ ਹੈ ਪ੍ਰੀਤੀ। ਹੈਲੋ, ਇੱਧਰ ਦੇਖੋ ਨਨੂ ਦੀਆਂ ਸ਼ਰਾਰਤਾਂ। ਨਿਮਰਤ ਕਿਹੜੀ ਕਲਾਸ ਚ ਤੂੰ? ਤਕਰੀਬਨ 4:50 ਯਾਨੀ ਕਿ 5 ਵੱਜਣ ਵਾਲੇ ਆ। ਹੁਣ ਅਸੀਂ ਵੈਸੇ ਦੁਪਹਿਰੇ ਦਾ ਪੂਰਾ ਦਿਨ ਟਾਈਮ ਸੁੱਤੇ ਹੀ ਸੌ ਕੇ ਹੁਣ ਉੱਠੇ ਆ, ਤੇ ਹੁਣ ਜਾ ਰਹੇ ਆ ਭੂਆ ਜੀ ਦੇ ਘਰ ਉਹਨਾਂ ਨੂੰ ਮਿਲਣ ਦੇ ਲਈ। ਤੇ ਨੰਨੂ ਨੇ ਵਿੱਚ ਜੇ ਜਿੱਦ ਕਰ ਲਈ ਸੀ, ਕਹਿੰਦੀ ਮੈਂ ਤਾਂ ਆਪਣੇ ਘਰ ਜਾਣਾ ਹੈ ਨਾ ਨੰਨੂ? ਨਹੀਂ, ਮੈਂ ਆਪਣੇ ਘਰ ਜਾਣਾ। ਕਿਹੜੇ ਆਪਣੇ ਘਰ ਜਾਣਾ ਨੂੰ? ਹੈ ਜਾਣਾ? ਕਿਹੜੇ ਕਿਹੜੇ ਆਪਣੇ ਘਰ? ਦੱਸ ਦੋ ਪਹਿਲਾਂ। ਆਪਣੇ ਹਾਂ, ਦਲਿਆਣੀ। ਦਲਿਆਣੀ
ਨੈਨੂ ਕਹਿੰਦੀ ਮੈਂ ਆਪਣੇ ਘਰ ਜਾਣਾ ਲੁਧਿਆਣੇ ਤੇ ਚਲੋ ਫਿਰ ਤੁਹਾਨੂੰ ਮਿਲਦੇ ਆ ਉੱਥੇ ਪਹੁੰਚ ਕੇ ਭੂਆ ਜੀ ਦੇ ਘਰੇ ਕਿ ਆ ਗਏ ਆਪਾਂ ਕਿਸੇ ਦਾ ਘਰ ਵੀ ਨਹੀਂ ਕਿਸੇ ਦੇ ਘਰ ਵੀ ਨਹੀਂ ਆ ਗਏ हां जी ते हुण असी पहुंच गए सी भुआ जी दे घर जा रहे हां अंदर भज के हां जी ते सवेर हो चुकी है हुण दोपहर हो गई वैसे सवेर दा असी बनाया नहीं रोटी पानी खा लिया सी ते हुण दोपहर दा बन रहा उधर मामी जी बना रहे ने ते मम्मी के गए सी बाजार ते नाना नानी ने सानू बीबी ने कपड़े लेके दिते है क्या के दिता तेनू अच्छा सोनी है और की लेके दिता हां खड़ी होके दिखा दो हां चलो जी आ देखो कितनी सोनी लग रही है नानू एप्पल लग गया हां एप्पल दी फ्रॉक है बस ए केदा सूट है हां ये मेरा सूट है ਕਿੰਨਾ ਸੋਹਣਾ ਸੂਟ ਹੈ ਮੈਨੂੰ ਨਹੀਂ ਐ ਨੰਨੂ ਨੂੰ ਇੱਕ ਹੋਰ ਲੈ ਕੇ ਦਿੱਤੀ ਫਰਾਕ ਖੋਲਿਓ ਐ ਮੈਂ ਬੋਲਿਆ ਸੀ ਐ ਫਰਾਕ ਲੈ ਕੇ ਦਿੱਤੀ ਨੰਨੂ ਨੂੰ ਐ ਮੰਮੀ ਦਾ ਸੂਟ ਹੈ ਚਲੋ ਤੇ ਇਸ ਤੋਂ ਬਾਅਦ ਅਸੀਂ ਜਾਵਾਂਗੇ ਕਿੱਥੇ ਜਾਵਾਂਗੇ ਨੰਨੂ ਜੈਮੂ ਦੇ ਘਰ ਹਾਂ ਨੰਨੂ ਨੇ ਜਾਣਾ ਜੈਮੂ ਕਹਿੰਦੇ ਘਰ ਫਿਰ ਉੱਥੇ ਤੁਹਾਨੂੰ ਮਿਲਦੇ ਆ असि हुण जा रहे सी वापस पहला वड्डे पामा उन्हां नूं मिलण वास्ते ते मामी जी नूं मिल लिया ननू मिल लो सारे नूं चलो हाँ बीबी नूं मिल लै मिल लै काके वे लै किन्ना सोहना सूट लैके दिता दादी ने बीबी ने चल चलो चलो अंदर चलो चलो दस दे जैमू दे घरों आ गया सी वापस फिर तू जैमू दे घरों रह लेना सी क्यों तैयारी करते सी इंतजार करते वे सी इंतजार करते वे सी की कहंदे सी कहंदे सी ननू कदो आएगी ननू कदो ते हुण असी आ गए सी वापस जैमू उहनां दे घरों हुण जा रहे हां सीधा अपने घर लुधियाणे हां जी ते हुण असी रस्ते दे विच रुके सी गुरुद्वारा साहिब गुरुद्वारा ते इत्थे
ਉੱਥੇ ਮੱਥਾ ਟੇਕ ਕੇ ਵੈਸੇ ਜਦੋਂ ਵੀ ਅਸੀਂ ਆਨੇ ਆ ਗੁਰਦੁਆਰੇ ਆਪਾਂ ਰੁੱਕ ਕੇ ਜਾਂਦੇ ਆ ਹੈ ਨਾ ਮੰਮੀ ਹਰ ਵਾਰੀ ਤੇ ਨੰਨੂ ਆਪਣਾ ਸੋ ਗਿਆ ਸੀ ਨੰਨੇ ਉਹ ਨੰਨੂ ਤੇ ਚਲੋ ਤੁਹਾਨੂੰ ਵੀ ਦਰਸ਼ਨ ਕਰਵਾਉਂਦੇ ਆ ਅੰਦਰ ਗੁਰਦੁਆਰਾ ਸਾਹਿਬ ਦੇ ਹੁਣ ਉੱਠ ਗਿਆ ਨੰਨੂ ਉੱਠ ਗਿਆ ਤੂੰ चलो मत्था टेको बाबा जी दे मत्था असी टेक लिया बाबा जी दे हुण जा रहे सी लंगर हाल दे विच वैसे लंगर तो नहीं छकांगे चाह फिर छक लांगे उस तो बाद जाप में दूर दूर में जा।